ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8420719817। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਐਡਰੈਸ ਦੱਸਿਓ ਆਪਣਾ। ਨਾਮ ਆਪਣਾ ਗੁਰਜੀਤ ਸਿੰਘ ਹੈ ਜੀ, ਪਿੰਡ ਜਿੱਥੇ ਮਤਲਬ ਰਾਜੂ ਡੇਅਰੀ ਲੱਗਦੇ ਹਾਂ ਜੀ। ਠੀਕ ਹੈ। ਮਾਛੀਕੇ? ਮਾਛੀਕੇ ਪਿੰਡ ਆ, ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆ ਗਿਆ ਨਾ। ਹਾਂ, ਮੇਨ ਕੋ ਆਪਣਾ ਗੁਰਦੁਆਰਾ ਇੱਥੇ ਦਾਣਾ ਮੰਡੀ ਜੋ ਸਿੱਧੇ ਹੁਣੇ ਪਿੰਡ ਜਨ ਐਂਟਰ ਕਰਦੇ ਆ ਵੱਡਾ ਪਹਾ। ਠੀਕ ਹੈ। ਗੁਰਦੁਆਰਾ ਸਾਹਿਬ ਆ ਗਿਆ ਆਪਣੇ, ਤੁਹਾਨੂੰ ਸ਼ਾਂਤ ਸਾਹਿਬ ਦੇਣਾ ਘਰੇ। ਠੀਕ ਹੈ। ਤੇ ਇਹਦੇ ਕੋਲੇ ਆਪਣਾ ਮੰਨ ਲਓ ਘਰ ਆ ਗਿਆ। ਮੋਬਾਈਲ ਨੰਬਰ ਆਪਣਾ ਜੀ? ਤਹਿਸੀਲ ਆਪਣਾ ਨਿਹਾਲ ਸਿੰਘ ਵਾਲੇ। ਠੀਕ ਹੈ। ਜ਼ਿਲ੍ਹਾ ਮੋਗੇ। ਮੋਬਾਈਲ ਨੰਬਰ? ਮੋਬਾਈਲ ਨੰਬਰ ਆਪਣਾ 97814-98292। 97814 98292। ਜਿਹੜੀ ਆਪਾਂ ਝੋਟੀ ਦੇਖੀ ਨੇ ਸੂਆ, ਕਿਹੜਾ ਸੂਈ ਆ? ਇਹ ਤੀਜਾ ਸੂਆ ਸੂਈ ਆ ਜੀ, 5 ਦਿਨ ਦੀ ਸੂਈ ਹੋਈ ਆ। ਬੱਚਾ ਕੀ ਆ ਗਿਆ? ਬੱਚਾ ਮਗਰੇ ਇਕੱਠਾ ਗਾ। ਦੁੱਧ? ਦੁੱਧ ਤਕਰੀਬਨ ਹੁਣ ਮੰਨ ਲਓ ਵੀ ਆਪਾਂ ਇਹ ਨਹੀਂ ਕਹਿਣਾ ਵੀ ਬੋਲਾ ਇੰਨਾ ਬੋਲਾ, ਇੰਨਾ ਕੋ 5 ਦਿਨ ਦੀ ਸੂਈ ਦਾ ਤਾਂ ਦੁੱਧ ਚਾਹ ਚ ਪੈਣ ਲੱਗ ਜਾਂਦਾ। ਜੈ ਗੱਲ ਆ। 7 ਕਿਲੋ ਦੁੱਧ ਸਾਡੇ ਉਹ ਦੇਊ, 10 ਕਿਲੋ 10 ਕਿਲੋ ਇਹਦਾ ਐਂਡਾ, ਗੱਪ ਮਾਰ ਕੇ ਨਰੀ 12 ਦੇ 13 ਦੇ ਦੂ ਜਮਣ ਦਿੰਦੀ ਜੀ। ਜਿਹੜਾ ਭਾਗ ਆ ਉਹ ਜਿਆ ਦੁੱਧ ਆ, ਚਾਹੇ ਛੋਲੇ ਬਾਜੀ 11 ਦਿੰਦੀ ਨਹੀਂ। ਇਹ ਮਤਲਬ 12 ਤਰ੍ਹਾਂ ਕਿਲੋ ਹੁੰਦੀ ਜੀ, ਤੇ ਮੈਂ ਮੁੱਲ ਮੈਂ ਇਹਦਾ ਮੁੜ ਕੇ 30 ਹਜ਼ਾਰ ਵਧਾ ਕੇ ਕਰਨਾ। ਹੁਣ ਮੁੱਲ ਇਹਦਾ ਕੀ ਆ? ਹੁਣ ਮੁੱਲ ਇਹਦਾ ਮੰਨ ਲਓ ਜਿਵੇਂ ਆਪਾਂ ਕਹਿੰਦੇ ਕਈ ਵਾਰੀ ਕਹਿੰਦੇ ਬੋਲਦੇ ਹਾਈ ਸਟਾਪ, ਕਹਿੰਦੇ ਪਹੁੰਚ ਤੋਂ ਬਾਹਰ ਆ ਕਿ ਰੈਕ ਮੰਨ ਲਈ ਪਹੁੰਚ ਦੇ ਅੰਦਰ ਆ ਉਹ। ਜੈ ਗੱਲ ਆ। ਹਾਂ, ਰੇਟ ਇਹਦਾ ਕੀ ਆ ਫਿਰ? ਰੇਟ ਹੀ ਦੱਸ। ਦੇਣ ਲੈਣੀ 75,000 ਮਾਨ ਤਨ। ਮਾਨ ਤਨ ਵਿੱਚੋਂ ਆਏ ਬੰਦੇ ਦਾ ਹੋ ਜੂਗਾ ਵੀ ਜਿਹੜੀ ਬਾਹਲਾ ਨਾ ਸੋਚ ਕੇ ਚੱਲੇ ਕੋਈ 65,000-67,000 ਉਹ ਫਾਇਦਾ ਕੋਈ ਨਹੀਂ, ਉਹ ਗੱਲਾਂ ਦਾ ਫਾਇਦਾ ਨਹੀਂ। ਆਪਾਂ ਮੁੱਲ ਹੀ ਉਹਨਾਂ ਕਰੇ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਆ। ਸੋ ਬਹੁਤ ਵੀ ਡਿਮਾਂਡ ਕਰਦਾ ਕਿ ਸਾਨੂੰ ਬਸ ਦੁੱਧ ਘਰ ਦਾ ਪੀਣਾ ਸੀ। ਹਾਂ, ਜਿਵੇਂ ਹੁਣ ਅੱਜ ਕੱਲ੍ਹ ਪਰਿਵਾਰ ਹੀ 3 ਕੁ ਜਣੇ ਦਾ ਰਹਿ ਗਿਆ, ਇੱਕ ਅਗਲੇ ਦੇ ਕੰਮ ਵਾਲੀ ਹੁੰਦੀ ਆ, 2 ਜੀ ਆਪ ਹੁੰਦੇ ਆ ਤੇ ਬਾਕੀ ਸਾਰੇ ਕੈਨੇਡਾ ਹੁੰਦੇ ਆ, ਤੇ ਉਹਨਾਂ ਦੇ ਮਤਲਬ ਜੀ ਮੈਂ ਹੈਗੇ ਮਾਤੋ ਦੀ ਮੈਂ। ਇੱਕ ਗੱਲ ਹੋਰ ਆ ਜੀ, ਬੜ ਜਣੀ ਬੜਾ ਕੁਛ ਸਪੰਜ ਨਹੀਂ ਵੱਜਦੇ ਨਾ, ਤਾਂ ਆਪਾਂ ਨੂੰ ਇਹ ਪਤਾ ਵੀ ਇਹਦਾ ਕੱਟਾ ਕਿਹੜੇ ਸੀਮਨ ਦਾ ਕੀ ਕੋਸਾ, ਕੁਛ ਨਹੀਂ ਪਤਾ। ਠੀਕ ਹੈ ਗੱਲ। ਬਸ ਦੁੱਧ ਭਾਗ ਇਹਦੇ ਵਿੱਚ ਨਾ ਤਾਂ ਕੋਈ ਸੀਮਨ ਪਹੁੰਚਦਾ। ਠੀਕ ਹੈ। ਦੂਜੇ ਨੰਬਰ ਤੇ ਗੱਲ ਇਹ ਆ, ਜਿਹੜੇ ਥਾਣਾ ਜੇ ਵੀਰ ਕੋਈ ਆਨਲਾਈਨ ਮੰਗਵਾਉਂਦਾ, ਠੀਕ ਹੈ, ਧਾਰ ਦੀ, ਪਸਮਾ ਦੀ, ਠੀਕ ਹੈ, ਧਾਰ ਦੀ, ਠੀਕ ਹੈ, ਜੇਰ ਅੰਦਰ ਰਹੀ ਹੋਵੇ ਉਹਦੀ, ਠੀਕ ਹੈ, ਤੇ ਜਾਂ ਕੋਈ ਛਿੱਟਾ ਸਰਲਾ ਹੋਵੇ ਥਣ ਦੇ ਵਿੱਚ, ਉਹਦੀ ਆਪਣੀ ਫੁੱਲ ਗਰੰਟੀ ਇਹ ਤੁਹਾਡੀ ਵੀਡੀਓ ਤੇ ਦੇਖ ਕੇ ਸੇਵ ਕਰਕੇ ਰੱਖ ਲੈ, ਮੈਨੂੰ ਮੇਰੇ ਉਹਨੇ ਪੈਰੀ ਮੱਝ ਮੋੜ ਦੇ ਸਣੇ ਕਰਾਇਆ ਦੇ ਕੇ ਮੈਂ ਤੋਰ। ਬਸ ਇਹ ਗੱਲ ਆਪਣੇ ਪਰਦਾ ਫਾਗੂੰਗੇ, 4 ਦਿਨ ਚੋਲੀ ਆਪਾਂ। ਮੈਂ 4-5 ਦਿਨ ਚੋਲੀ, ਹੋਰ ਛਿੱਟਾ ਕੋਈ ਨਹੀਂ, ਦੁੱਧ ਪੂਰਾ ਵਧੀਆ ਬਣਿਆ ਵਾ, ਪਸਮਾ ਹੁਣ ਤੁਹਾਡੇ ਸਾਹਮਣੇ ਜੀ, ਬੱਚਾ ਲਾਇਆ ਹੋਇਆ। ਠੀਕ ਹੈ। ਤੇ ਧਾਰ ਤੂਰ ਇੱਕ ਨੰਬਰ ਆ? ਮੈਂ ਕਹਿੰਦਾ ਜੀ, ਉਹ ਕਹਿੰਦਾ ਵੀ ਗੱਲ ਤੁਹਾਡੀ ਹੁਣ ਵੀਡੀਓ ਦੇਖ ਕੇ ਤੁਹਾਨੂੰ ਫੋਨ ਕਰ ਦਿਓ, ਤੁਸੀਂ ਆਹ ਬੰਦੇ ਦੀ ਵੀਡੀਓ ਬਣਾਈ ਸੀ ਤੇ ਉਹ ਬੰਦੇ ਨੇ ਆਹ ਝੂਠ ਨਿਕਲ ਦੇਗਾ। ਸਟੋਰੀ ਬਾਹਰ ਨਹੀਂ ਜਿਹੜੀ ਹੈਕ, ਤੁਹਾਨੂੰ ਦੱਸਦੇ ਮੇਨ ਗੱਲ, ਕਰਦੇ ਨਾ ਛੋਟਾ ਮੰਨ ਕੇ ਆ, ਛੋਟਾ ਕਰ ਜਾਇਜ਼ ਗੱਲ ਹਨਾ, ਤੁਸੀਂ ਵੀਡੀਓ ਬਣਾਉਣੀ ਆ ਤੁਹਾਡਾ ਫਰਜ਼ ਆ, ਸਾਡਾ ਦੱਸਣਾ ਫਰਜ਼ ਆ। ਆਮ ਯੂਟਿਊਬ ਤੇ ਨਾ ਯੂਟਿਊਬ ਵਾਲਿਆਂ ਦੀ ਗਲਤੀ ਨਹੀਂ, ਇਹ ਲੋਕਾਂ ਦੀ ਗਲਤੀ ਆ, ਨਾਲ ਉਹ ਵੀਡੀਓ ਨੂੰ ਬਦਨਾਮ ਕਰਦੇ ਆ, ਕਹਿੰਦੇ ਯੂਟਿਊਬ ਦਾ ਝੂਠ ਬਹੁਤ ਵੱਜਦਾ, ਲੋਕ ਮਾਰਦੇ ਆ ਬਾਈ, ਯੂਟਿਊਬ ਵਾਲਾ ਤਾਂ ਵੀਡੀਓ ਬਣਾਉਂਦਾ ਸਿਰਫ ਨਹੀਂ, ਜਿਵੇਂ ਜਾਇਜ਼ ਗੱਲ ਆ, ਕਰਦੇ ਨੂੰ ਛੋਟਾ ਮੰਨ ਕੇ ਆ ਜਿੰਨਾ ਮੰਨ ਸਕਦਾ, ਨਿਕਲੂ ਵੱਡੀ ਪਰ ਛੋਟਾ ਮੰਨ ਕੇ ਆ, ਮੈਂ ਮੀਡੀਅਮ ਨੂੰ ਨਹੀਂ ਕਹਿਣਾ। ਜਾਇਜ਼ ਗੱਲ ਆ, ਛੋਟਾ ਕਰਦਾ ਤੇ ਭਾਅ ਵੀ ਛੋਟਾ 75,000 ਰੁਪਏ। ਸੋ ਜਾਇਜ਼ ਗੱਲ ਆ, 80,000 ਦਾ ਕਿੱਲਾ ਠੇਕੇ ਦਾ ਹੋਇਆ ਪਿਆ, ਠੇਕੇ ਨਾਲੋਂ ਸਸਤੀ ਆ। ਸੋ ਦੱਸਦਾ ਗੱਲ ਵੀ ਆਪਾਂ 80,000 ਨੂੰ ਠੇਕੇ ਤੇ ਕਿੱਲਾ ਲੈ ਲਿਆ, ਉਹ ਦੂਜੇ ਸਾਲ ਨੂੰ ਰਹਿਣਾ ਜਾਂਗਲਾ, ਕਹਿੰਦਾ 10-2-3 ਹਜ਼ਾਰ ਵਧਾ ਕੇ ਦਿੰਦਾ ਕਿੱਲਾ, ਤਾਂ ਤੈਨੂੰ ਦੇਉਂਦੇ ਹੋਰ ਦੂ ਦਿੰਦਾ, ਮੇਰਾ ਸਿਰ ਦਿੱਤਾ ਵਾ। ਠੀਕ ਹੈ ਗੱਲ, ਇਹ 75,000 ਨੂੰ ਜੇ ਆਪਣੇ ਕੋਲੇ ਰਹਿ ਗਈ, ਇੱਕ ਸੂਆ ਵੀ ਦੂਜੇ ਸਾਲ ਨੂੰ ਜੇ ਕੱਢਣ ਹੋਗੀ, ਫਿਰ ਉਹਨੇ ਇਹਦੇ ਨਾਲ 10,000 ਦਾ ਬਚਾ ਲੈਂਦਾ, ਤੋਰ ਫਿਰ ਬਾਹਰ ਨੂੰ। ਸੋ ਗੱਲਾਂ ਵੀਰ ਬਹੁਤ ਵਧੀਆ ਲੱਗਿਆ, ਜਿੰਨੀ ਕੁ ਚੀਜ਼ ਆ ਕਹਿੰਦਾ ਜਿੰਨੀ ਕੁ ਔਕਾਤ ਗੱਲ ਉੱਨੀ ਕੁ ਕਰੀ, ਜਿੰਨੀ ਕੁ ਮੱਝ ਆ ਉੱਨੀ ਕੁ ਆਪਾਂ ਗੱਲ ਕਰੀਏ ਇਹਦੀ, ਤੇ 75,000 ਚੋਂ ਮਾਣਦਾਨ ਹੋ ਜੂਗਾ ਇਹਦੇ ਵਿੱਚ। ਬਸ ਇੰਨੀ ਗੱਲ ਆ, ਤੁਹਾਨੂੰ ਦੁੱਧ ਅਸਲੀ ਪੀਣ ਨੂੰ ਮਿਲੂਗਾ, ਜਮਾਂ ਨਕਲੀ ਦੁੱਧ ਨਹੀਂ ਪੀਣ ਨੂੰ ਮਿਲਣਾ। 75,000 ਦੇ ਵਿੱਚ ਸੂਈ ਸਵਾਈ, ਘਰੇ ਜਾਣ ਸਾਰ ਆਰਾਮ ਨਾਲ ਬਾਲਟੀ ਧਰ ਲਿਓ, ਅਤੇ ਕਦ ਆ ਗਿਆ ਦਰਮਿਆਨਾ ਇਹਦਾ, ਪਹਿਲੇ ਦੱਸਤਾ ਵੀਡੀਓ ਦੇ ਵਿੱਚ, ਅਤੇ ਸੂਆ ਹੈਗੀ ਤੀਜਾ ਸੂਈ ਵੀ, ਸੁੱਲੇ ਵੱਲੂ ਬਾ ਦੇਖੋ, ਸੋਹਣਾ ਸਾਫ਼ ਸੁਥਰਾ, ਅਤੇ ਮੂੰਹ ਮੱਥੇ ਲੱਗਣ ਵਾਲੀ ਝੋਟੀ ਸਾਫ਼ ਸੁਥਰੀ ਆ ਜਮਾਂ, ਬੱਚਾ ਮੇਲਕਾਫ ਆ, ਅਤੇ ਥੱਲੇ ਮਿਲਕਵੇਂ ਦੇਖੋ, 75,000 ਵਾਲੀ ਵੀ ਕਿਸੇ ਪਾਸੋਂ ਘੱਟ ਨਹੀਂ, ਮਿਲਕਵੇਂ ਦੇਖੋ, ਇਹਦੀ ਵੀ ਚੰਗੀ ਦਿਖਾਈ ਦਿੰਦੀ ਹੈ, ਉਹ ਦੇਖੋ। ਸੋ ਵੀਰੋ ਧਾਰਾ ਦੇਖ ਸਕਦੇ ਹੋ, ਕਿਆ ਵਾਤਾ, ਸਾਫ਼ ਸੁਥਰੇ ਮੋਟੇ ਮੋਟੇ ਧਾਰਾ ਹੈ ਨਾ, ਕੋਈ ਭੂਰ ਸਾਰਾ ਨਹੀਂ, ਕੋਈ ਹੋਰ ਨਹੀਂ,
ਤੇ ਮੇਰੇ ਹਿਸਾਬ ਨਾਲ ਬਸ ਇਹਦੇ ਇਦੂ ਬਾਅਦ 10-20 ਦਿਨਾਂ ਨੂੰ ਚਾਟ ਪਾਓ ਤੇ ਬਹਿ ਜਾਓ ਇੱਦੇ ਚੱਲ ਪਊ ਮੇਰੇ ਹਿਸਾਬ ਨਾਲ। ਮੈਂ ਕਹਿੰਦਾ ਬਾਈ ਬਾਈ ਸਾਲ ਸੀ ਠੀਕ ਹੈ, ਬਾਕੀ ਕਰੰਟਾਂ ਨੂੰ ਪਾਸ ਹੁੰਦੀ ਹੈ ਹੁਣ, ਮਤਲਬ ਬੱਚਾ ਮੜਾ ਲਾ ਦੇ ਉਹਦੇ ਲਾ ਬੇਚਾਰੇ ਨੂੰ 10-15 ਮਿੰਟ ਹੋ ਗਏ ਨਾ। ਹਾਂ ਐਂ ਤਾਂ ਗੱਲ ਕੋਈ ਹੈ ਨਹੀਂ ਗੀ, ਠੀਕ ਹੈ ਬੱਚਾ ਲਾਤਾ ਤੇ ਝਾਕੀ ਹੋਊਗੀ ਕਦੋਂ ਦੁੱਧ ਲਾਹੂਗੀ। ਠੀਕ ਹੈ, ਤੇ ਨਾਲ ਇੱਕ ਮੇਲ ਕਾਪ ਕੱਟਾ ਖੜਾ ਹੈਗਾ। ਹਾਂਜੀ ਇਹ ਕੱਟਾ ਮੰਨ ਲਓ ਇਹ ਵੀ ਆਪਾਂ ਸੇਲ ਕਰਨਾ। ਠੀਕ ਹੈ, ਕਿੰਨੀ ਚੰਗੀ ਮੈਂ ਇਹਦਾ ਇਹ ਮੱਝ ਤੁਹਾਨੂੰ ਮੈਂ ਦੱਸ ਦਿੰਦਾ ਜੀ ਵੀ ਮੱਝ ਆਪਾਂ ਲਿਆਏ ਸੀ ਆਦਮਪੁਰ ਹਿਸਾਰ ਤੋਂ। ਠੀਕ ਹੈ, ਪਿਛਲੇ ਸਾਲ ਤੋਂ ਮੱਝ ਲਿਆਏ ਸੀ, ਸਵਾ ਸਾਲ ਵੀ ਹੋ ਸਕਦਾ ਉਹਨੂੰ। ਠੀਕ ਹੈ, ਬੜਾ ਚੇਤੇ ਨਹੀਂ, ਸਵਾ ਸਾਲ ਦਾ ਅੰਦਾਜ਼ਾ ਲਾ ਲਓ। 15 ਮਹੀਨੇ ਦਾ ਕੱਟਾ ਹੈਗਾ ਇਹ? ਹਾਂਜੀ ਅੰਦਾਜ਼ਾ ਹੋਊਗਾ। ਠੀਕ ਹੈ ਠੀਕ ਹੈ, ਮਹੀਨਾ ਕੱਟੋ ਉਧਰੋਂ ਆਪਣੇ ਜੱਟਾਂ ਨਹੀਂ ਬੜੀ ਤਰੀਕ ਚੱਲਦੇ ਜੀ। ਠੀਕ ਹੈ, ਉੱਥੋਂ ਲਿਆਏ ਸੀ ਉਹ ਮੱਝ, ਹੁਣ ਤਖਤਪੁਰਾ ਸਾਹਿਬ ਕਿਸੇ ਬੰਦੇ ਨੂੰ ਆਪਾਂ ਦਿੱਤੀ ਸੀ ਦੁੱਧੋਂ ਹੱਡੀ। ਠੀਕ ਹੈ, ਉਹ ਬੰਦਾ ਸਪਾਰਸ ਨਹੀਂ ਲੈ ਗਿਆ, ਐ ਸੰਗੋ ਦਾ ਕੁੰਡਾ ਤੇ ਮੰਨ ਲਓ 5.5 ਫੁੱਟ ਹਾਈਟ ਦਾ, ਜਾਨੀ ਵੱਧ ਹੋ ਜਾਂਦੀ ਹੈ ਤਾਂ ਕਮਾਂ ਲਗਾ 5.5 ਫੁੱਟ ਹਾਈਟ। ਠੀਕ ਹੈ, ਬੰਦੇ ਦੇ ਮੋਢੇ ਤੱਕ ਪਸ਼ੂ ਆਉਂਦਾ ਫਿਰ ਬਹੁਤ ਹੁੰਦਾ। ਕਿੰਨਾ ਦੁੱਧ ਦਿੰਦੀ ਸੀ ਮੱਝ? ਉਹ ਮੱਝ ਥੱਲੇ ਆਪਾਂ 3.5 ਲੀਟਰ ਪਹਿਲੇ ਸੂਏ 'ਚ ਹੋਇਆ ਗਾ, ਪਹਿਲੇ ਸੂਏ ਦਾ ਕੱਟਾ ਪੰਦ ਸਿੰਘ ਸੀਗਾ ਝੋਟੀ ਦਾ। ਠੀਕ ਹੈ ਠੀਕ ਹੈ, ਉਹਦਾ ਇਹ ਕੱਟਾ ਜਾਨੀ ਆਇਆ ਬਸ ਹੱਥ ਤੋਂ, ਐਂ ਨਹੀਂ ਪਤਾ ਵੀ ਸੀਮਨ ਕਿਹੜਾ, ਜਾਂ ਮਨਤੀ ਆ ਜਾਂ ਕੋਈ ਉੱਥੋਂ ਦਾ ਹੋਰ ਸੀਮਣਾ ਕੋਈ, ਜਿਹੜਾ ਮੰਨ ਲਓ ਕੋਈ ਪਤਾ ਨਹੀਂ, ਪਰ ਆਇਆ ਵਾ ਇੰਨਾ ਗਾਰੰਟੀ ਆ ਵੀ ਹਿਸਾਰ ਤੋਂ ਮੱਝ ਆਈ ਆਦਮਪੁਰ। ਪਰ ਥੱਲੋਂ ਟੈਸਟੀਕਾਂ ਦਾ ਕੱਟਾ ਸਾਫ ਆ, ਤੇ ਰੇਟ ਇਹਦਾ ਕੀ ਰਹੂਗਾ? ਰੇਟ ਇਹਦਾ ਵੀ ਦੇਣ ਲੈਣੀ ਮੰਨ ਲਓ 22,000 ਰੁਪਇਆ ਰੇਟ ਆ। ਠੀਕ ਹੈ, ਤੇ 20,000 ਦਾ ਆਪਾਂ ਦੇਣਾ ਚਾਹੇ 2,000 ਸੋੜ ਮੰਨ ਲਓ, ਜਾਏ ਮੰਨ ਲਓ ਬਾਈ ਨੇ ਘਟਾ ਲਏ ਧੋਰੀ ਮਾੜਾ ਜਿਹਾ। ਸੋ 20,000 ਦਾ ਕੱਟਾ ਤੁਹਾਨੂੰ ਮਿਲ ਜੂਗਾ, ਤੇ ਪਰ ਕੱਟਾ ਮੰਨ ਕੇ ਚਲੋ ਵੀ ਪੂਰਾ ਸਾਫ ਸੁਥਰਾ ਚੰਗੀ ਮੈਂ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਸੋਹਣਾ ਕੱਟਾ ਤਿਆਰ ਹੋਣ ਲੱਗ ਜਾਵਾਂ। ਸੋ ਦੇਖੋ ਪੂਰੇ ਪੈਠ ਪੁੜੇ ਦਾ ਬਣਤਰ ਬੁਣਤਰ ਦੇਖੋ ਕੱਟੇ ਦੀ, ਤੈਨੂੰ ਟੈਸਟੀਕਲ ਪੂਰੇ ਸਾਫ਼ ਆ ਜਾਵਾਂ, ਕਿਆ ਪਤਾ ਥੋੜ੍ਹਾ ਬਾਹਰ ਕੱਢਿਆ ਨਹੀਂ ਡਰਦਾ ਕਰਕੇ ਜਿਹਾ, ਅਤੇ 20,000 ਦਾ ਕੱਟਾ ਮਿਲ ਜੂਗਾ ਅਤੇ ਲਗਭਗ ਸਾਂਭਿਆ ਜਾਵੇ ਸਾਲ ਭਰ ਨੂੰ ਇਹਨੇ ਮੱਝਾਂ ਕਰੋਸ ਕਰਨ ਲੱਗ ਗਏ ਨਾ, 60-65 ਤੋਂ ਮਰਦਾ ਨਹੀਂ, ਅਤੇ ਇੱਕ ਪਾਸੇ ਸੋਨਾ ਲੈ ਕੇ ਰੱਖ ਲਿਓ ਤੋਲਾ, ਅਤੇ ਇੱਕ ਪਾਸੇ ਕੱਟਾ ਲੈ ਕੇ ਰੱਖ ਲਿਓ, ਅਤੇ ਦੱਸ ਦਿਓ ਬੇਟੇ ਲਓ ਨਫੇ ਕਿਹੜੀ ਕਿਹੜੀ ਚੀਜ਼ ਨਫੇ ਦੇ ਵਿੱਚ ਆ ਜਾਵਾਂ। ਸੋ ਵੀਰੋ 2 ਨਾਗਾ ਪਤਖਾ ਅਤੇ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ